ਨੈਲ ਸਿੰਘ ਸੇਵਾ 5000 ਰੁਪਿਆ ਪਿੰਡ ਰਣਸੀ ਕਲਾਂ ਗੁਰਦਾਸਪੁਰ ਡਿਸਟ੍ਰਿਕਟ ਸੇਵਾ 2000 ਰੁਪਿਆ ਤਰਨਪ੍ਰੀਤ ਕੈਨੇਡਾ ਪਿੰਡ ਬਾਂਦਰ ਜ਼ਿਲ੍ਹਾ ਮੋਗਾ ਪੰਜਾਬ 2000 ਰੁਪਿਆ ਆੜਤੀਆ ਐਸੋਸੀਏਸ਼ਨ ਕੋਟਕਪੂਰਾ ਪੰਜਾਬ ਸੇਵਾ 1100 ਰੁਪਿਆ ਤਰਸੇਮ ਸਿੰਘ ਪੰਜ ਗਰਾਈ ਖੁਰਦ ਹਾਂਗਕਾਂਗ ਤੋਂ 5100 ਰੁਪਿਆ ਸਹਾਇਤਾ ਆਈ ਹੈ ਪਿੰਡ ਢੀਮਾ ਵਾਲੀ ਜ਼ਿਲ੍ਹਾ ਫਰੀਦਕੋਟ ਪੰਜਾਬ 1200 ਰੁਪਿਆ ਪਿੰਡ ਕੋਠੇ ਹਾਂਸ ਗ੍ਰਾਮ ਪੰਚਾਇਤ ਵੱਲੋਂ ਤਹਿਸੀਲ ਜਗਰਾਉਂ ਤੋਂ 5100 ਰੁਪਿਆ ਪਿੰਡ ਸੇਖ ਦੌਲਤ ਗ੍ਰਾਮ ਪੰਚਾਇਤ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ 1100 ਰੁਪਿਆ ਵੀਰ ਵੱਲੋਂ ਗੁਪਤ ਦਾਨ 1000 ਰੁਪਿਆ ਕਨਈਆ ਦਲ ਵੱਲੋਂ ਸੇਵਾ 5000 ਰੁਪਿਆ ਧੰਨਵਾਦ। ਦੂਰੋਂ ਨੇੜਿਓਂ ਆਈ ਸਾਧ ਸੰਗਤ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਤੁਹਾਨੂੰ ਪ੍ਰਣਾਮ ਕਰਦਾ, ਨਮਨ ਕਰਦਾ। ਜਿਹੜੇ ਤੁਸੀਂ ਸਿਦਕ ਨਾਲ, ਜਿਹੜੇ ਦ੍ਰਿੜ ਨਿਸ਼ਚੇ ਦੇ ਨਾਲ ਤੁਸੀਂ ਇਕੱਠੇ ਹੋ ਕੇ ਸਾਡੀਆਂ ਬੀਬੀਆਂ, ਮਾਤਾ ਭੈਣਾਂ, ਸਾਡੇ ਬੱਚੇ, ਬਜ਼ੁਰਗ ਅਤੇ ਮੋਸਟ ਇੰਪੋਰਟੈਂਟਲੀ ਸਾਡਾ ਯੂਥ, ਜਿਵੇਂ ਤੁਸੀਂ ਇਕੱਠੇ ਹੋ ਕੇ ਇਸ ਦਿੱਲੀ ਦੀ ਮੋਰਚਾਬੰਦੀ ਕੀਤੀ ਹੈ, ਸਾਰੀ ਦੁਨੀਆ ਤੁਹਾਨੂੰ ਸਲਾਮ ਕਰਦੀ ਹੈ ਅਤੇ ਸਾਰੀ ਦੁਨੀਆ ਤੁਹਾਨੂੰ ਬਹਿ ਬਹਿ ਵੇਖਦੀ ਹੈ ਵੀ ਇਹਨਾਂ ਨੇ ਕਰ ਕੀ ਦਿੱਤਾ। ਤੁਸੀਂ ਉਹ ਕਰ ਦਿੱਤਾ ਆ ਜਿਹੜਾ ਕਿ ਇਹ ਦਿੱਲੀ ਸਰਕਾਰ ਨੇ ਕਦੀ ਸੋਚਿਆ ਵੀ ਨਹੀਂ ਸੀ। ਪਰ ਇਸੇ ਚੱਕਰ ਦੇ ਵਿੱਚ ਤੁਹਾਨੂੰ ਇਹ ਮਾੜਾ ਨਾਂ ਦੇਣ ਵਾਸਤੇ, ਤੁਹਾਨੂੰ ਇਹ ਤੁਹਾਡੀ ਮੂਵਮੈਂਟ ਨੂੰ ਕਮਜ਼ੋਰ ਕਰਨ ਵਾਸਤੇ ਇਹ ਤੁਹਾਡੇ ਖਿਲਾਫ ਇੱਕ ਬੜੀ ਮੁਹਿੰਮ ਜਾਰੀ ਕੀਤੀ ਹੋਈ ਇਹਨਾਂ ਨੇ ਵੀ ਇਹ ਜਿਹੜੀ ਮੂਵਮੈਂਟ ਆ ਇਹ ਕਿਸਾਨਾਂ ਦੀ ਨਹੀਂ, ਇਹ ਮੂਵਮੈਂਟ ਦੇ ਵਿੱਚ ਖਾਲਿਸਤਾਨੀ ਅਤੇ ਅੱਤਵਾਦੀ ਲੋਕ ਨੇ। ਅੱਜ ਦੇ ਇੰਟਰਨੈੱਟ ਦੇ ਯੁੱਗ ਦੇ ਵਿੱਚ, ਅੱਜ ਦੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਜਿਵੇਂ ਤੁਸੀਂ ਇੱਥੇ ਸੰਘਰਸ਼ ਕਰ ਰਹੇ ਹੋ, ਇੱਥੇ ਮੋਰਚਾ ਲਾਇਆ, ਅਸੀਂ ਵੀ ਤੁਹਾਡੇ ਵਾਸਤੇ ਇੱਕ ਸੰਘਰਸ਼, ਇੱਕ ਮੋਰਚਾ ਸ਼ੁਰੂ ਕੀਤਾ ਹੈ ਇੰਟਰਨੈੱਟ ਦੇ ਉੱਤੇ ਜਿਹਦਾ ਨਾਂ ਹੈ kisanmovement.com। ਅਸੀਂ ਇਹਦੇ ਉੱਤੇ ਸਾਰੀ ਦੁਨੀਆ ਦੇ ਵਿੱਚ ਬੈਠੇ ਆਪਣੇ ਕਿਸਾਨ ਵੀਰ, ਭਾਵੇਂ ਉਹ ਪੰਜਾਬ ਤੋਂ ਨੇ, ਹਰਿਆਣਾ ਤੋਂ ਨੇ, ਰਾਜਸਥਾਨ ਤੋਂ ਨੇ ਜਾਂ ਦੁਨੀਆ ਦੇ ਕਿਸੇ ਵੀ ਪਾਰਟ ਤੋਂ ਹੈਗੇ ਨੇ, ਉਹਨਾਂ ਨੂੰ ਤੁਹਾਡੇ ਸੰਘਰਸ਼ ਦੇ ਨਾਲ ਜੋੜਨਾ ਚਾਹੁੰਦੇ ਹਾਂ, ਉਹਨਾਂ ਨੂੰ ਉਹਦੇ ਨਾਲ ਜਾਣੂ ਕਰਵਾਉਣਾ ਚਾਹੁੰਦੇ ਹਾਂ। ਅਤੇ ਅਸੀਂ ਇਹ ਵੀ ਚਾਹੁੰਦੇ ਹਾਂ ਵੀ ਤੁਹਾਡੇ ਖਿਲਾਫ਼ ਕੋਈ ਵੀ ਗਲਤ ਪ੍ਰੋਪੋਗੈਂਡਾ ਹੋ ਰਿਹਾ ਅਸੀਂ ਉਹਨੂੰ ਮਾਤ ਪਾ ਸਕੀਏ। ਅਤੇ ਅਸੀਂ ਤੁਹਾਡਾ ਯੋਗਦਾਨ ਮੰਗਦੇ ਹਾਂ, ਅਸੀਂ ਤੁਹਾਨੂੰ ਸਾਥ ਮੰਗਦੇ ਹਾਂ ਅਤੇ ਅਸੀਂ ਤੁਹਾਨੂੰ ਇਸ ਗੱਲ ਦਾ ਪੂਰਾ ਵਚਨਬੱਧ ਹੋ ਕੇ ਅੱਜ ਕਹਿ ਕੇ ਜਾਂਦੇ ਹਾਂ ਵੀ ਜਿਹੜੀ ਲੜਾਈ ਤੁਸੀਂ ਇੱਥੇ ਲੜ ਰਹੇ ਹੋ ਉਹੀ ਲੜਾਈ ਅਸੀਂ ਇੰਟਰਨੈੱਟ ਦੇ ਉੱਤੇ ਉਹਨੇ ਹੀ ਜੋਸ਼ ਦੇ ਨਾਲ ਲੜਾਂਗੇ ਅਤੇ ਲੜਦੇ ਰਹਾਂਗੇ। ਅੱਜ ਸਾਨੂੰ ਇੱਕ ਸਵੇਰੇ ਮੀਡੀਆ ਵਾਲੇ ਵੀਰ ਨੇ ਕਿਹਾ ਸੀਗਾ, ਉਹਨੇ ਮਤਲਬ ਸਵਾਲ ਕੀਤਾ ਕਿ ਤੁਹਾਨੂੰ ਲੱਗਦਾ ਵੀ ਇਹ ਸਰਕਾਰ ਮੰਨ ਜੂਗੀ, ਅਤੇ ਮੈਂ ਤੁਹਾਨੂੰ ਇਹੀ ਯਾਦ ਕਰਾਉਣਾ ਚਾਹੁੰਦਾ ਵੀ 1907 ਦੇ ਵਿੱਚ ਜਿਹੜੀ ਪਗੜੀ ਸੰਭਾਲ ਜੱਟਾ ਮੂਵਮੈਂਟ ਸ਼ੁਰੂ ਹੋਈ ਸੀ ਉਹਦੇ ਵਿੱਚ ਵੀ ਸਰਕਾਰ ਨੇ, ਗੋਰੀ ਸਰਕਾਰ ਨੇ ਤੁਹਾਡੇ ਖਿਲਾਫ਼ 3 ਕਾਨੂੰਨ ਪਾਸ ਕੀਤੇ ਸੀ ਤੁਹਾਡੀ ਜ਼ਮੀਨ ਖੋਹਣ ਨੂੰ। ਉਹ ਵੀ ਮੂਵਮੈਂਟ ਆਪਾਂ ਜਿੱਤੀ ਸੀ ਅਤੇ ਆਹ ਵੀ ਮੂਵਮੈਂਟ ਆਪਾਂ ਜਿੱਤਾਂਗੇ। ਅਤੇ ਮੈਂ ਤੁਹਾਨੂੰ ਸ਼ੁਭਕਾਮਨਾ ਦੇਣਾ ਆ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਸਮੇਂ ਦਾ ਧਿਆਨ ਰੱਖਣ ਦੇ ਲਈ। ਸੋ ਅਗਲੇ ਬੁਲਾਰੇ ਨੇ ਜੀ ਗੁਰਨਾਮ ਸਿੰਘ ਦਾਊਦ, ਉਹ ਆਪਣੇ ਵਿਚਾਰ ਸਾਂਝੇ ਕਰਨਗੇ। ਉਦੋਂ ਬਾਅਦ ਅਵਤਾਰ ਸਿੰਘ BKU ਲੱਖੋਵਾਲ, ਉਹ ਵੀ ਤਿਆਰ ਰਹਿਣ ਜੀ। ਮੰਗਤ ਸਿੰਘ ਪ੍ਰਧਾਨ ਪੰਚਾਇਤ ਯੂਨੀਅਨ, ਉਹ ਵੀ ਤਿਆਰ ਰਹਿਣ ਜੀ। ਸਮਾਂ 5 ਮਿੰਟ ਜੀ। ਪਰਮ ਸਤਿਕਾਰਯੋਗ ਦੇਸ਼ ਭਰ ਤੋਂ ਆਏ ਕਿਸਾਨ ਅਤੇ ਮਜ਼ਦੂਰ ਭੈਣੋ ਭਰਾਓ, ਆਓ ਪਹਿਲਾਂ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਘਰਸ਼ ਜਿਹੜਾ ਅੱਜ ਬਿਲਕੁਲ ਜਿੱਤ ਦੀਆਂ ਬਰੂਹਾਂ 'ਤੇ ਆ ਅਤੇ ਜਿਹਦੇ ਤੁਸੀਂ ਵਧਾਈ ਦੇ ਪਾਤਰ ਆ, ਇਹ ਸੰਘਰਸ਼ ਪਿਛਲੇ ਲਗਭਗ 5 ਮਹੀਨਿਆਂ ਤੋਂ ਸ਼ੁਰੂ ਹੋਇਆ, ਬੜੇ ਪੜਾਅ ਤੈਅ ਕੀਤੇ ਆ। ਸਮਾਂ ਥੋੜ੍ਹਾ ਮੈਂ ਗਿਣ ਕੇ ਨਹੀਂ ਦੱਸ ਸਕਦਾ ਅਤੇ ਜਿਹੜਾ ਆਖਰੀ ਪੜਾਅ ਜਿਹਦੇ ਤੋਂ ਬਾਅਦ ਦਿੱਲੀ ਵੱਲ ਨੂੰ ਕੂਚ ਕੀਤਾ, ਉਹ ਅਸੀਂ 56 ਦਿਨ ਰੇਲ ਲਾਈਨਾਂ ਦੇ ਉੱਤੇ, ਰੋੜਿਆਂ ਦੇ ਉੱਤੇ ਸੌਂ ਕੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਰਲ ਕੇ ਰੇਲਾਂ ਦਾ ਚੱਕਾ ਜਾਮ ਕਰਕੇ ਰੱਖਿਆ ਅਤੇ ਹੁਣ ਤੁਸੀਂ ਇੱਥੇ ਆ ਕੇ ਬੈਠੇ ਆ। 25 ਤਰੀਕ ਨੂੰ ਲੋਕ ਰਵਾਨਾ ਹੋਏ ਸੀ, 26 ਨੂੰ ਦਿੱਲੀ 'ਚ ਪਹੁੰਚ ਕੇ ਦਿੱਲੀ ਨੂੰ 4 'ਚ ਫੇਰਿਓ, 26 ਰਸਤੇ ਦਿੱਲੀ ਦੇ ਘੇਰ ਕੇ ਤੁਸੀਂ ਮੋਦੀ ਦਾ ਨੱਕ 'ਚ ਦਮ ਕਰ ਦਿੱਤਾ, ਤੁਸੀਂ ਵਧਾਈ ਦੇ ਪਾਤਰ ਆ। ਜਿਹੜੀ ਗੱਲ
जेड़ी गल अगली मैं कहनी चाहना, दिल्ली नू पहला भी बड़ी बार हार दा मूंह वेखना पिया, पहला भी पंजाब दे लोग दिल्ली दा राह रोकते रहे हैं, दिल्ली नू कई बार हरा चुके हैं। ये ओ पंजाब आ जिन्ने प्यास दरिया सिकंदर नू नहीं सी नंगन दिता, पोर्स की अगवाई च सिकंदर नू ब्यास दरिया तो परे ही रोक लिया सी। ये ओ पंजाब आ जिन्ने अज देश की अगवाई करके समुचे देश के अंदर ये चिणक पाली आ, ते देश ही नहीं अज पूरी दुनिया के उत्ते किसान के घोल की चर्चा। मैं कहनी चाहना एक और कले किसान का नुकसान नहीं, जेड़े तीन कानून अज जिन्हों बदले आप लड़ रहे हैं ओदे तो अलावा पहला नोटबंदी करके लोगों नूं परखिया, फिर GST लाई लोगों के उत्ते कानून मजदूरों वास्ते बनाए। यारो मैं दिहाती मजदूर सभा का जनरल सैकटरी हाँ, मैं पंजाब का, मैं मजदूरों की हालत जानता। 8 घंटे तो वधा के दिहाड़ी 12 घंटे की कर दिती गई है, समती मजदूरों के सारे कानून बदल के उल्ट पुलट कर दिते गए हैं। मोदी किरत करने वाले जेड़े 85% लोग आ जेड़े हत्थी किरत करके रोटी खाण वाले आ उन्हां नूं भुख्या मारना चाहुंदा, पर तुहाडा इह सिदक मजदूर ते किसान दा एक आ। मैं इस गल दा पूरी तरह जानदा, इस गल तो जाणू आ जिन्ना पक्का ये एक उसर रहा आने वाले समय च इहनूं होर पक्का करन दी लोड़ आ। जेड़े सद्दे दित्ते आ किसानां ने सद्दे दित्ते आने वाले समय च लागू करन वास्ते एक सद्दा दित्ता 12 तरीक तो टोल प्लाजे बंद करन दा। मैं दसना चाहना वो पंजाब वालियां ने बड़े चिर तो टोल प्लाजे 1 अक्तूबर तो बंद किए आ, पंजाब च टोल प्लाजा कोई नहीं खुला, सारे बंद आ। जेड़ी मैं अगली गल करदा 14 तरीक नूं जिला हैडक्वार्टरां दे उत्ते इकट्ठ करने आ, मैं अज ही आया, मेरा ड्यूटी पिछे लगी आ, असीं पिंडां च जाने आ। मैं हकीकत तो जाणू करवाउणा चाहुंदा जिदन 25-26 तरीक नूं तुसीं पहला जथे लैके आए सी उदन पिंडां दी हालत होर सी, अज जदों पिंडां च जाने आ लोग एक दूजे नूं कह के तैयार कर रहे हैं, लोगों का उत्साह बढ़ रहा, लोगों का जज्बा बढ़ रहा। आने वाले समय पंजाब नहीं पूरे देश के विचों लोग उठ रहे हैं, मोदी किस बाग की मूली आ, इत्थे हिटलर वर्गियां नूं जदों लोगों नाल वाह पिया सी तां मजदूर किसान नाल वाह पिया सी, उस वेले हिटलर नूं आप अपने हत्थी अपनी जान गवाउणी पई सी, आत्महत्या करनी पई सी। मोदी तू ये भुल जा, ये पंजाब चो श्री चिंग सारे देश संसार छिड़ चुकी आ, तेनू हरा के रवांगे, सारे काले कानून तेनू वापस लेने पैणगे, मजदूरों के उत्ते जेड़े तू जुल्म ढा रहा वह भी वापस लेने पैणगे, लड़ाई लंबी आ, लड़ांगे जितांगे, मैनू इस गल का पूर्ण भरोसा। ते मैं अपनी दिहाती मजदूर सभा वालों विश्वास दवाउणा असी इस घोल दे विच जदों दा एक घोल चलिया शुरू तो पूरा हिस्सा पाया, कला बोल के नहीं जिस्मानी तौर ते हिस्सा पाया, अगे तो भी जित तक लड़ते रहांगे, मोढ़े नाल मोढ़ा जोड़ के लड़ते रहांगे। मैं दसना चाहना मेरा बेटा मेरी वाइफ 25 तरीक तो आके बैठे आ, मैं अज आया, मैं पुछया, मैं कहा तुसी जाना नहीं, मेरी वाइफ ने कहा 63-64 साल की आ, वो कहती मैं ते लड़ाई जित के जाना, जदों इदां दे थल्लों हंगारा मिलन लग पवे। कल जदों असी बंद किया 8 दा बंद सी जिहड़ा उहदे विच जिद्दां इत्थे लंगरिया पिंडां च लोग लंगर लाउण लग पए आ, केले सेब संतरे लोगों नूं खवाए गए इकट्ठ च सड़क च बैठिया नूं, ते एक हलवाई ने वड्डी दुकान वाले ने मठियाई का लंगर ला दिता, लोगों की हमदर्दी वधदी जा रही आ, सानू आस आ जित के निकलांगे, कायम रहो असीं तुहाडे नाल आ, जे पिंडां दा मजदूर तुहाडे नाल आ जरूर जित के निकलांगे। वाहिगुरु जी का खालसा वाहिगुरु जी की फतेह। बहुत बहुत धन्यवाद जी। साथियों एक बेनती करनी है, एक बेबे हैगी जोगिंदरों ना जी, वह गुम हुए है,
ਉਹਨਾਂ ਦੇ ਜਿਹੜੇ ਘਰ ਦੇ ਆ ਉਹ ਸਟੇਜ ਕੋਲ ਖੜੇ ਆ ਜਿੱਥੇ ਵੀ ਬੇਬੇ ਮਿਲੇ ਜਗਿੰਦਰ ਉਹਦਾ ਨਾਮ ਆ ਉਹ ਕਾਇੰਡਲੀ ਇਹਨੂੰ ਮਤਲਬ ਬੇਬੇ ਜੀ ਨੂੰ ਇੱਥੇ ਪਹੁੰਚਾ ਦੇਣ ਧੰਨਵਾਦ ਜੀ ਸੋ ਅਗਲੇ ਜਿਹੜੇ ਬੁਲਾਰੇ ਨੇ ਉਹਨੇ ਡਾਕਟਰ ਦਰਸ਼ਨਪਾਲ ਜੀ ਆਗੂ ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਸੋ ਇਹ ਆਪਣੇ ਵਿਚਾਰ ਸਾਂਝੇ ਕਰਨਗੇ ਸਾਥੀਓ ਮੇਰਾ ਹੁਣ ਸਮਾਂ ਜਿਹੜਾ ਹੈਗਾ ਪੂਰਾ ਹੋ ਗਿਆ ਅਗਲੀ ਜਿਹੜੀ ਕਾਰਵਾਈ ਹੈਗੀ ਆ ਉਹ ਅਗਲੇ ਸਾਥੀ ਜਿਹੜੇ ਉਹ ਕਰਨਗੇ ਸੋ ਬਹੁਤ ਬਹੁਤ ਧੰਨਵਾਦ ਜੀ ਮੈਂ ਦੋ ਚਾਰ ਨਾਅਰੇ ਲਾਉਣਾ ਸਾਥ ਦਿਓ ਜੇ ਕਿਸਾਨ ਮਜ਼ਦੂਰ ਏਕਤਾ ਮੋਦੀ ਸਰਕਾਰ ਇਨਕਲਾਬ ਬਹੁਤ ਬਹੁਤ ਧੰਨਵਾਦ ਜੀ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ ਅਤੇ ਕਿਸਾਨ ਅਤੇ ਮਜ਼ਦੂਰ ਤੇ ਹੋਰ ਇਸ ਧਰਨੇ ਚ ਆਏ ਵੱਖੋ ਵੱਖ ਜਥੇਬੰਦੀਆਂ ਦੇ ਉਹ ਲੋਕ ਜਿਹੜੇ ਸਮਰਥਨ ਦੇਣ ਲਈ ਆ ਰਹੇ ਨੇ ਆਏ ਹੋਏ ਨੇ ਉਹਨਾਂ ਨੂੰ ਅੱਜ ਜਿਹੜੀਆਂ ਸਾਡੀਆਂ 32 ਪੰਜਾਬ ਦੀਆਂ ਜਥੇਬੰਦੀਆਂ ਨੇ ਅਤੇ 475 ਤੋਂ ਉੱਪਰ ਜਿਹੜੀਆਂ ਭਾਰਤ ਦੀਆਂ ਜਥੇਬੰਦੀਆਂ ਦਾ ਸੰਯੁਕਤ ਕਿਸਾਨ ਮੋਰਚਾ ਬਣਿਆ ਹੋਇਆ ਉਹਨਾਂ ਸਾਰਿਆਂ ਵੱਲੋਂ ਜੀ ਆਇਆ ਕਹਿੰਦਾ ਹੋਇਆ ਮੈਂ ਆਪਣੀ ਗੱਲ ਸ਼ੁਰੂ ਕਰਦਾ ਹਾਂ ਭਰਾਵੋ ਤੁਹਾਨੂੰ ਪਤਾ ਮੰਗਾਂ ਬਾਰੇ ਮੈਂ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਜੋ ਅਸੀਂ ਕੇਂਦਰ ਸਰਕਾਰ ਨੂੰ ਦਿੱਤੀਆਂ ਹੋਈਆਂ ਨੇ ਸਭ ਤੋਂ ਪਹਿਲੀ ਮੰਗ ਸੀ ਕਿ ਮੰਡੀ ਵਾਲਾ ਕਾਨੂੰਨ ਜਿਸ ਮੰਡੀ ਨੂੰ ਬਾਈਪਾਸ ਕਰਕੇ ਸਰਕਾਰ ਇੱਕ ਨਵਾਂ ਕਾਨੂੰਨ ਬਣਾ ਰਹੀ ਹੈ ਜਿਹੜੀਆਂ ਮੰਡੀਆਂ ਆਪਾਂ ਪੰਜਾਬ ਦੇ ਵਿੱਚ ਜਾਂ ਬਾਕੀ ਹਰਿਆਣੇ ਵਾਲੇ ਸਾਥੀ ਫਸਲਾਂ ਬੀਜਦੇ ਨੇ ਉਹਦੀ ਜਗ੍ਹਾ ਮੰਡੀ ਖਤਮ ਕਰਕੇ ਪ੍ਰਾਈਵੇਟ ਮੰਡੀ ਉਹ ਲੈ ਕੇ ਆਉਣਾ ਚਾਹੁੰਦੇ ਨੇ ਦੂਸਰਾ ਉਹ ਖੇਤੀ ਦੇ ਅੰਦਰ ਠੇਕਾ ਖੇਤੀ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਲੈ ਕੇ ਆਉਣਾ ਚਾਹੁੰਦੇ ਨੇ ਅਤੇ ਤੀਸਰਾ ਹੈ ਜ਼ਖੀਰੇਬਾਜ਼ੀ ਨੂੰ ਖਤਮ ਕਰਨ ਵਾਲੇ ਕਾਨੂੰਨ ਨੂੰ ਹੀ ਖਤਮ ਕਰਨਾ ਚਾਹੁੰਦੇ ਨੇ ਇਹ 3 ਕਾਨੂੰਨਾਂ ਨੂੰ ਰੱਦ ਕਰਨ ਦੀ ਪਹਿਲੀ ਮੰਗ ਹੈ ਦੂਜੀ ਮੰਗ ਹੈ ਕਿ ਪੂਰੇ ਦੇਸ਼ ਦੇ ਸਾਰੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਦਾ ਭਾਅ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਮੁਤਾਬਕ ਜਿਹਦੇ ਵਿੱਚ ਲਾਗਤਾਂ C2 ਉੱਤੇ 50% ਮੁਨਾਫਾ ਪਾ ਕੇ ਸਾਰੇ ਦੇਸ਼ ਦੇ ਵਿੱਚ ਕਾਨੂੰਨ ਬਣਾ ਕੇ ਉਹਦਾ ਲੀਗਲ ਹੱਕ ਦਿੱਤਾ ਜਾਵੇ ਤੀਸਰਾ ਹੈ ਬਿਜਲੀ ਬਿੱਲ 20% ਰੱਦ ਕੀਤਾ ਜਾਵੇ ਚੌਥਾ ਹੈ ਜਿਹੜਾ ਪਰਾਲੀ ਦੇ ਮਸਲੇ ਦੇ ਉੱਤੇ ਆ ਰਹੀਆਂ ਨੇ ਮਤਲਬ ਕਿ 1 ਕਰੋੜ ਦਾ ਜੁਰਮਾਨਾ ਅਤੇ 5 ਸਾਲ ਦੀ ਸਜ਼ਾ ਉਹਨੂੰ ਰੱਦ ਕੀਤਾ ਜਾਵੇ ਡੀਜ਼ਲ ਦਾ ਰੇਟ ਅੱਧਾ ਕੀਤਾ ਜਾਵੇ ਅਤੇ ਕਿਸਾਨਾਂ ਦੇ ਉੱਤੇ ਬਣੇ ਹੋਏ ਜਿਹੜੇ ਕੇਸ ਨੇ ਅਤੇ ਆਮ ਜਮਹੂਰੀ ਲੋਕਾਂ ਦੇ ਉੱਤੇ ਜਿਹੜੇ ਬਣੇ ਹੋਏ ਕੇਸ ਨੇ ਉਹ ਕੇਸ ਰੱਦ ਕੀਤੇ ਜਾਣ ਇਸ ਮੰਗ ਪੱਤਰ ਨੂੰ ਲੈ ਕੇ ਆਪਾਂ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਦੇ ਨਾਲ ਲੜਾਈ ਦੇ ਵਿੱਚ ਲੱਗੇ ਹੋਏ ਹਾਂ ਤੁਹਾਨੂੰ ਯਾਦ ਹੈ ਕਿ ਕਿਵੇਂ ਸਾਰੇ ਦੇਸ਼ ਦੇ ਵਿੱਚ ਫਿਰ ਪੰਜਾਬ ਦੇ ਵਿੱਚ ਤੁਹਾਨੂੰ ਯਾਦ ਹੈ ਕਿ ਕਿਵੇਂ ਜਥੇਬੰਦੀਆਂ ਨੇ ਜਿਹੜੀਆਂ ਇੱਕ ਇੱਕ ਜਥੇਬੰਦੀ ਤੋਂ 10 ਜਥੇਬੰਦੀਆਂ ਤੋਂ 23 ਤੋਂ 31 ਤੇ 31 ਤੋਂ ਅੱਜ 32 ਜਥੇਬੰਦੀਆਂ ਦਾ ਮੋਰਚਾ